मैं हरभजन सिंह रिटायर्ड डिस्ट्रिक्ट वाटरी इंस्पेक्टर पिंड फतेहगढ़ पिंतूर का रहने वाला हाँ और अज तो मेरी उम्र 70-72 साल है। अज तो 15-18 साल पहला मैं हरनिया का ऑपरेशन ओपन मैथड नाल करवाया सी। हुण फिर मैनू दूसरी साइड हरनिया की प्रॉब्लम आई तो मैं डॉक्टर साहब नाल कंसल्ट किया तो उन्होंने मैनू एडवाइस किया कि तुसी दूर भी नाल हुण अपना ऑपरेशन कराओ। मैं हुण उन्हां दे एडवाइस नू फॉलो करते हुए दूर भी नाल हरनिया का ऑपरेशन करवाया है जो कि बहुत ही कामयाब है ते कोई तकलीफ किसी किस्म दी नहीं आई। मैनू शुगर भी है, बीपी भी वध है। पहला मैं बहुत डरदा सी भी ऑपरेशन करवाउणा है, मेरा बीपी हाई रहिंदा है, शुगर भी सुगर लैवल भी हाई रहिंदा है ते मैं उह डरदा डरदा जो डॉक्टर साहब नूं जा के मिले कंसल्ट किया तो उन्हां मैनू कहा कोई वरी ना करो, किसी किस्म की कोई प्रॉब्लम नहीं आएगी तुहानू। उन्होंने मेरे सारे जिहड़े टैस्ट सी ਉਹ ਐਡਵਾਈਸ ਕੀਤੇ। ਇੱਕ ਦਿਨ ਅਸੀਂ ਟੈਸਟ ਕਰਵਾ ਕੇ ਆ ਗਏ, ਅਗਲੇ ਦਿਨ ਉਹਨਾਂ ਨੇ ਸਾਨੂੰ ਆਪਰੇਸ਼ਨ ਵਾਸਤੇ ਬੁਲਾ ਲਿਆ। ਜਦੋਂ ਮੈਂ ਆਪਰੇਸ਼ਨ ਥੀਏਟਰ ਵਿੱਚ ਗਿਆ ਉਦੋਂ ਪਹਿਲਾਂ ਮੈਨੂੰ ਪਤਾ ਹੈ ਵੀ ਮੈਂ ਆਪਰੇਸ਼ਨ ਥੀਏਟਰ ਚੱਲਿਆ। ਉਸ ਤੋਂ ਬਾਅਦ ਜਿੰਨਾ ਦੇ ਆਪਰੇਸ਼ਨ ਹੁੰਦਾ ਰਿਹਾ ਉਹਨਾਂ ਤੱਕ ਮੈਨੂੰ ਕੋਈ ਪਤਾ ਨਹੀਂ। ਜਦੋਂ ਮੈਨੂੰ ICU 'ਚ ਲੈ ਕੇ ਆਏ ਨੇ ਉਸ ਤੋਂ ਘੜੇ ਬਾਅਦ ਮੈਨੂੰ ਫਿਰ ਹੋਸ਼ ਆਈ ਅਤੇ ਮੈਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ। ਇਸ ਲਈ ਮੈਂ ਹਰ ਇੱਕ ਨੂੰ ਜਿਸ ਨੂੰ ਇਹ ਪ੍ਰੋਬਲਮ ਹੈਗੀ ਹਰਨੀਆਂ ਦੀ ਉਹ ਨਵੇਂ ਮੈਥਡ ਨਾਲ ਦੂਰ ਵੀ ਰਾਹੀਂ ਆਪਰੇਸ਼ਨ ਕਰਾਓ ਤਾਂ ਕਿ ਬਹੁਤ ਜਿਹੜਾ ਕੋ ਕਾਮਯਾਬ ਹੈ, ਕਿਸੇ ਕਿਸਮ ਦੀ ਪ੍ਰੋਬਲਮ ਨਹੀਂ, ਦੁੱਖ ਤਕਲੀਫ ਕੋਈ ਨਹੀਂ ਆਏਗੀ। ਮੈਂ ਇਹੀ ਗੁਜ਼ਾਰਿਸ਼ ਹੈ ਸਾਹਿਬ ਨੂੰ। ਦੂਰ ਬਿਨਾਂ ਆਪਰੇਸ਼ਨ ਨਾਲ ਕਿਸੇ ਕਿਸਮ ਦਾ ਰੀੜ੍ਹ ਦੀ ਹੱਡੀ ਵਿੱਚ ਜਿਹੜਾ ਇੰਜੈਕਸ਼ਨ ਲਾਉਂਦੇ ਨੇ ਉਹ ਨਹੀਂ ਲੱਗਦਾ, ਨੀਮ ਜਿਹਾ ਆਪਣਾ ਬੇਹੋਸ਼ ਕਰ ਲੈਂਦੇ ਨੇ। ਉਸ ਤੋਂ ਬਾਅਦ ਛੇਤੀ ਵਾਲੇ ਬੰਦਾ ਹੋਸ਼ ਵਿੱਚ ਆ ਜਾਂਦਾ ਹੈ ਅਤੇ ਮੈਂ ਇਹ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਇਹ ਆਪਰੇਸ਼ਨ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।